ਇਹਨਾਂ ਦੋਨਾਂ ਅਕਾਲੀਆਂ ਦੇ ਕਾਂਗਰਸੀਆਂ ਵਿਚਕਾਰ ਜੇ ਕੋਈ ਚੀਜ਼ ਸਾਂਝੀ ਹੈਗੀ ਹੈ ਤਾਂ ਮਾਫੀਆ ਸਾਂਝਾ ਹੈਗਾ। ਰੇਤਾ ਬਜਰੀ ਹੋਵੇ ਤਾਂ, ਟਰਾਂਸਪੋਰਟ ਹੋਵੇ ਤਾਂ ਬੱਸਾਂ 'ਚ ਚੈਕਿੰਗ ਪੁਲਿਸ ਨੇ ਕਰਨੀ ਹੈਗੀ ਹੈ। ਸ਼ਰਾਬ ਦਾ ਹੋਵੇ ਤਾਂ ਜੇ ਵਿਕਣੀ ਤਾਂ ਵੀ ਪੁਲਿਸ ਦੀ ਸਹਿਮਤੀ ਨਾਲ ਵਿਕਣੀ ਹੈ, ਸ਼ਹਿਰ ਨਾਲ ਵਿਕਣੀ ਹੈ, ਜੇ ਰੁਕਣੀ ਤਾਂ ਵੀ ਪੁਲਿਸ ਨੇ ਰੋਕਣੀ ਹੈਗੀ ਹੈ। ਸਰਕਾਰ ਦੀ ਕੋਈ ਨੀਤ ਨਹੀਂ ਹੈਗੀ। ਮੈਨੂੰ ਤਾਂ ਇਉਂ ਲੱਗਦਾ ਕਿ ਕਾਂਗਰਸ ਨੂੰ ਇਹ ਲੱਗਦਾ ਕਿ ਵੀ ਹੁਣ ਅਗਲੇ 5 ਸਾਲੀ ਤਾਂ ਆਪਾਂ ਆਉਣਾ ਨਹੀਂ ਹੈਗਾ। ਹੁਣ ਜਿਹੜੇ 2-3 ਸਾਲ ਪਹਿਲਾਂ ਦਾ ਲਾ ਲਿਆ, 2 ਸਾਲ ਜਿਹਦਾ ਦਾ ਲੱਗਦਾ ਲਾ ਲਓ, ਜਿੰਨਾ ਪੈਸਾ ਇਕੱਠਾ ਹੁੰਦਾ ਲੈ ਲਓ, ਜੇ ਆਉਣਾ ਵੀ ਹੋਇਆ ਤਾਂ ਪਹਿਲ ਵੋਟਾਂ ਖਰੀਦ ਕੇ ਆਵਾਂਗੇ। 10,000 ਰੁਪਏ ਕਿਲੋ ਭੁੱਕੀ ਹੈ ਜੀ, 10,000 ਰੁਪਏ ਕਿਲੋ, ਜਿਹੜੀ ਭੁੱਕੀ ਨੂੰ 400 ਰੁਪਏ ਕਿਲੋ ਨਹੀਂ ਸੀ ਪੁੱਛਦਾ। ਬੂਪੀਨੋਰਫਿਨ ਹੈ, ਉਹ ਸਿੰਥੈਟਿਕ ਮੋਰਫੀਨ ਹੈ, ਸਿੰਥੈਟਿਕ ਫੀਮ ਹੀ ਹੈ ਉਹ ਸਿੰਥੈਟਿਕ ਫੀਮ ਹੈਗੀ ਹੈ। ਸੋ ਹੁਣ ਤਾਂ ਜਿਹੜੀ ਸਰਕਾਰ ਦੀ ਨੀਤੀ ਹੈ ਇਹ ਤਾਂ ਮੈਂ ਕਹਿੰਦਾ ਜੇ ਨਕਲੀ ਫੀਮ ਦੇਣ ਨਾਲ ਤਾਂ ਅਸਲੀ ਫੀਮ ਨਹੀਂ ਇਹਨਾਂ ਨੂੰ ਖਾਣ ਦਿਓ ਤੁਸੀਂ। ਭੁੱਕੀ ਹੈਗੀ ਹੈ, ਇਹ ਜਿਹੜਾ ਜਾਨਲੇਵਾ ਨਸ਼ਾ ਨਹੀਂ ਹੈ, ਮਾਰੂ ਨਸ਼ਾ ਨਹੀਂ ਹੈਗਾ, ਇਹ ਸਾਊ ਨਸ਼ਾ, ਕਮਾਊ ਨਸ਼ਾ 50,000 ਸਾਲ ਤੋਂ ਵਰਦਾ ਸੀਗਾ ਪੰਜਾਬ ਦੇ ਲੋਕਾਂ ਨੂੰ। ਮਿਲਣੀ ਚਾਹੀਦੀ ਹੈ ਸਸਤੇ ਭਾਅ, ਮਿਲਣੀ ਚਾਹੀਦੀ ਹੈ ਜਿਵੇਂ ਸ਼ਰਾਬ ਦੇ ਠੇਕੇ ਹੈ, ਇਵੇਂ ਪੰਜਾਬ ਦੇ ਲੋਕਾਂ ਨੂੰ ਫੀਮ ਤੇ ਭੁੱਕੀ ਠੇਕੇ ਦੇਣੇ ਚਾਹੀਦੇ ਹੈ, ਤਾਂ ਕਿ ਲੋਕੀ ਇਹਨਾਂ ਦੀ ਘਾਟ ਕਰਕੇ ਜਾਂ ਇੰਨੇ ਮਹਿੰਗੇ ਹੋਣ ਕਰਕੇ ਜਿਹੜੇ ਸਿੰਥੈਟਿਕ ਨਸ਼ੇ ਹੈਗੇ, ਜਿਹੜੇ ਕੈਮੀਕਲ ਨਸ਼ੇ ਹੈ, ਉਹਨਾਂ ਵੱਲ ਨਾ ਜਾਣ ਔਰ ਨੌਜਵਾਨ ਜ਼ਿੰਦਗੀਆਂ ਖਤਮ ਨਾ ਹੋਣ। ਜਿਵੇਂ ਕਿਤੇ ਭੰਗ ਹੈਗਾ, ਕਿਤੇ ਸਾਡੇ ਪੰਜਾਬ, ਸਾਰੇ ਯੂਰਪ 'ਚ ਭੰਗ ਹੈਗਾ, ਕੈਨੇਡਾ 'ਚ ਭੰਗ ਹੈ, ਉਹਨੇ ਖੋਲ੍ਹਤੀ ਭੰਗ, ਅਮਰੀਕਾ ਨਾਲ ਭੰਗ ਖੋਲ੍ਹਤੀ। ਸਾਡੇ ਬੱਚੇ ਇੰਨੇ ਉੱਦਮੀ ਹੈਗੇ ਹੈ, ਉਹ ਤਾਂ ਟੋਰਾਂਟੋ ਦਾ ਮਾਲ ਚੁੱਕ ਕੇ ਸਵੇਰ ਨੂੰ ਕੈਲੀਫੋਰਨੀਆ ਪਹੁੰਚਾਉਂਦੇ ਹੈਗੇ। ਸਾਰੇ ਪੰਜਾਬ ਦੀ ਯੂਥ ਕੰਮ ਲੱਗ ਜਾਊਗੀ, ਸਾਰੇ ਪੰਜਾਬ ਦੇ ਵਪਾਰੀਆਂ ਦਾ ਵਪਾਰ ਵੱਧ ਜਾਊਗਾ, ਸਾਰੇ ਪੰਜਾਬ ਦੇ ਕਿਸਾਨਾਂ ਦੀ ਉਪਜ ਦਾ ਸਹੀ ਮੁੱਲ ਮਿਲੇਗਾ, ਕਿਸਾਨੀ ਦੀ ਸੰਕਟ ਹੱਲ ਹੋਊਗਾ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਸੁਖਵਿੰਦਰ ਸਿੰਘ। ਇਸ ਵੇਲੇ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਨੂੰ ਲੈ ਕੇ, ਮਾਈਨਿੰਗ ਮਾਫੀਆ ਨੂੰ ਲੈ ਕੇ ਬੜੇ ਸਵਾਲ ਉੱਠ ਰਹੇ ਨੇ। ਭੁੱਕੀ ਅਤੇ ਅਫੀਮ ਦਾ ਮਸਲਾ ਵੀ ਉੱਠ ਰਿਹਾ ਕਿ ਕਿਸਾਨ ਜਿਹੜੇ ਨੇ ਉਹ ਲਗਾਤਾਰ ਉਹਨਾਂ ਦੀ ਫਸਲਾਂ ਦੀ ਬਰਬਾਦੀ ਹੋ ਰਹੀ ਹੈ, ਖੁਦਕੁਸ਼ੀਆਂ ਦੇ ਰਾਹ ਪਹਿਲਾਂ ਵੀ ਸੀ, ਹੁਣ ਲੋਕਡਾਊਨ ਕਰਕੇ ਜਿਹੜਾ ਕਿਸਾਨ ਹੋਰ ਵੀ ਪਰੇਸ਼ਾਨ ਹੋ ਰਹੇ ਨੇ। ਲਗਾਤਾਰ ਜਿਹੜਾ ਮੰਗ ਉੱਠ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਆ ਭੁੱਕੀ ਅਫੀਮ ਨੂੰ ਜਿਹੜਾ ਉਹਦੇ ਠੇਕੇ ਖੋਲ੍ਹ ਦਿੱਤੇ ਜਾਣ, ਇਹਨਾਂ ਸਾਰੇ ਮਸਲਿਆਂ ਉੱਤੇ ਗੱਲਬਾਤ ਕਰਨ ਦੇ ਲਈ ਪੰਜਾਬ ਦੀ ਇਸ ਵੇਲੇ ਸਥਿਤੀ ਕੀ ਹੈ, ਕੇਂਦਰ ਕੀ ਕੁਛ ਕਹਿੰਦਾ, ਕਿਉਂ ਪੰਜਾਬ ਦੀ ਬਾਂਹ ਨਹੀਂ ਫੜਦਾ, ਮਤਰੇਈ ਮਾਂ ਵਾਲਾ ਸਲੂਕ ਜਿਹੜਾ ਉਹ ਪੰਜਾਬ ਦੇ ਨਾਲ ਕੀਤਾ ਜਾ ਰਿਹਾ, ਸਭ ਦੇ ਉੱਤੇ ਗੱਲਬਾਤ ਕਰਨ ਲਈ ਅਸੀਂ ਇਸ ਵੇਲੇ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਕੋਲ ਪਹੁੰਚੇ ਹਾਂ। ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ, ਉਹਨਾਂ ਦਾ ਕੀ ਕਹਿਣਾ ਇਸ ਨੂੰ ਲੈ ਕੇ, ਸ਼ਰਾਬ ਅਤੇ ਭੁੱਕੀ ਨੂੰ ਲੈ ਕੇ ਅਤੇ ਅਫੀਮ ਨੂੰ ਲੈ ਕੇ ਉਹਨਾਂ ਦੀ ਕੀ ਪ੍ਰਤੀਕਿਰਿਆ। ਪ੍ਰਗਟ ਸਿੰਘ ਵਰਗੇ ਜਿਹੜੇ ਵਿਧਾਇਕ ਨੇ ਉਹ ਵੀ ਕਹਿ ਰਹੇ ਨੇ ਕਿ ਹਾਂ ਅਸੀਂ ਬਾਗੀ ਹਾਂ, ਜੇਕਰ ਸਰਕਾਰ ਨਹੀਂ ਸੁਣਵਾਈ ਕਰ ਰਹੀ ਮੁੱਖ ਮੰਤਰੀ ਸਾਹਿਬ ਦੇ ਕੰਨਾਂ ਤੱਕ ਗੱਲ ਹਰ ਵਾਰੀ ਪਹੁੰਚਾਈ ਜਾਂਦੀ ਹੈ, ਹੱਲ ਨਹੀਂ ਕੋਈ ਨਿਕਲਦਾ। ਦੇਖੋ ਜੀ, ਕਿ ਗੱਲ ਇਹ ਹੈ ਕਿ ਸੈਂਟਰ ਨੇ ਤਾਂ ਜੋ ਪੰਜਾਬ ਨਾਲ ਕੀਤਾ ਸੋ ਕੀਤਾ, ਪਿਛਲੇ 17 ਸਾਲਾਂ ਦੌਰਾਨ ਜੋ ਮਤਰੇਈ ਮਾਂ ਵਾਲਾ ਸਲੂਕ ਕੀਤਾ, ਜੋ ਪੰਜਾਬ ਨਾਲ ਦੇ ਖਿਲਾਫ ਸਾਜ਼ਿਸ਼ਾਂ ਰਚੀਆਂ, ਜੋ ਵਿਤਕਰਾ ਕੀਤਾ, ਜੋ ਧੱਕਾ ਕੀਤਾ ਹੈਗਾ, ਉਹ ਤਾਂ ਹੈ ਹੀ ਹੈ। ਜਿਹੜੇ ਪੰਜਾਬ ਦੇ ਇੱਥੋਂ ਦੇ ਜਾਏ ਸੀਗੇ, ਇੱਥੋਂ ਦੇ ਲੀਡਰ ਸੀਗੇ, ਸਥਾਨਕ ਲੀਡਰ ਸੀਗੇ, ਜੇ ਚਾਹੇ ਉਹ ਅਕਾਲੀ ਹੈ, ਚਾਹੇ ਉਹ ਅੱਜ ਕਾਂਗਰਸ ਹੈਗੀ ਹੈ, ਉਹਨਾਂ ਨੇ ਵੀ ਪੰਜਾਬ ਨਾਲ ਧੱਕਾ ਕਰਨ ਅਤੇ ਗਦਾਰੀ ਕਰਨ ਤੋਂ ਅਤੇ ਪੰਜਾਬ ਨਾਲ ਬੇਵਫਾਈ ਕਰਨ ਤੋਂ ਕੋਈ ਕਸਰ ਘੱਟ ਛੱਡੀ ਨਹੀਂ ਹੈਗੀ ਹੈ। ਅਤੇ ਅੱਜ ਪੰਜਾਬ ਦਾ ਜੋ ਹਾਲ ਹੈਗਾ, ਉਹ ਸੂਬਾ ਜਿਹੜਾ ਹਰ ਤਰ੍ਹਾਂ ਦੇ ਕੁਦਰਤੀ ਸਾਧਨਾਂ ਨਾਲ, ਪਾਣੀ ਨਾਲ, ਹਰਿਆਲੀ ਨਾਲ ਸ਼ਰਸ਼ਾਰ ਸੀਗਾ, ਜਿਸ ਦੀ ਆਰਥਿਕਤਾ ਹਿੰਦੁਸਤਾਨ ਦੇ ਨੰਬਰ ਪਹਿਲੇ 'ਤੇ ਸੀਗੀ ਔਰ ਸਭ ਦਾ ਮੋਹਰੀ ਸੂਬਾ ਸੀਗਾ, ਸਾਰੇ ਮੁਲਕ 'ਚ ਹਿੰਦੁਸਤਾਨ ਦੀ ਜਿਸਮਾਨੀ ਸਿਹਤ ਦੀ ਅਤੇ ਸਰੀਰਕ ਸਿਹਤ ਦੀ ਵੀ ਅਤੇ ਆਰਥਿਕ ਸਿਹਤ ਦੀ ਉਹ ਦੁਨੀਆ ਪਰ ਚਰਚਾ ਸੀ, ਹਿੰਦੁਸਤਾਨ ਪਰ ਚਰਚਾ ਸੀਗੀ। ਬਾਹਰਲੇ ਮੁਲਕ ਦੇ ਸੂਬਿਆਂ ਦੇ ਮੁਲਾਜ਼ਮ ਕਹਿੰਦੇ ਸਾਨੂੰ ਪੰਜਾਬ ਗ੍ਰੇਡ ਦਿਓ, ਪੰਜਾਬ ਦਾ ਗ੍ਰੇਡ ਦਿਓ, ਮਤਲਬ ਅਸੀਂ ਇੱਕ ਸਭ ਤੋਂ ਮੋਹਰੀ ਸੂਬਾ ਸੀਗਾ, ਸਭ ਤੋਂ ਪਹਿਲਾਂ ਜੀ ਹਰ ਪਾਸੇ ਪੰਜਾਬ ਮੋਹਰੀ ਸੀਗਾ। ਉਸ ਪੰਜਾਬ ਨੂੰ ਅੱਜ ਇਹਨਾਂ ਨੇ ਸੈਂਟਰ ਨੇ ਅਤੇ ਫਿਰ ਇੱਥੋਂ ਦੀ ਸਥਾਨਕ ਲੀਡਰਾਂ ਨੇ ਪਿਛਲੇ 30-35-40 ਸਾਲਾਂ ਦੌਰਾਨ ਉਹ ਹਸ਼ਰ ਕੀਤਾ ਹੈਗਾ ਕਿ ਅੱਜ ਪੰਜਾਬ ਦਾ ਕੋਈ ਬਾਲੀ ਵਾਰਸ ਨਹੀਂ ਹੈਗਾ। ਐਂ ਲੱਗਦਾ ਕਿ ਇਹ ਲੀਡਰ ਸਾਰੇ ਜੰਮੇ ਹੀ ਪੰਜਾਬ ਨਾਲ ਦਗਾ ਕਮਾਉਣ ਵਾਸਤੇ ਹੈ, ਗਦਾਰੀ ਕਰਨ ਵਾਸਤੇ ਹੈ, ਧੋਖਾ ਦੇਣ ਵਾਸਤੇ, ਬੇਵਫਾਈ ਕਰਨ ਵਾਸਤੇ ਹੈਗੇ ਹੈ। ਅਕਾਲੀਆਂ ਵੇਲੇ ਸ਼ੁਰੂ ਕਰ ਲਓ, ਜੇ ਤੁਸੀਂ ਅੱਜ ਤੱਕ ਆਉਣਾ ਹੋਵੇ, ਪਿਛਲੇ ਬਹੁਤਾ ਲੰਮਾ ਪਿਛਲਾ ਇਤਿਹਾਸ ਛੱਡ ਦਈਏ ਤਾਂ ਪਿਛਲੇ 15-20 ਸਾਲ ਦੇ ਇਤਿਹਾਸ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਪੰਜਾਬ ਨਾਲ ਕਿਸ ਕਦਰ ਇਹਨਾਂ ਨੇ ਪੰਜਾਬ ਦੀ ਜਿਹੜੀ ਆਰਥਿਕ ਹੈਗੀ ਹੈ, ਆਰਥਿਕ ਤੌਰ 'ਤੇ ਵੀ ਅਤੇ ਪੰਜਾਬ ਨੂੰ ਸਮਾਜਿਕ ਤੌਰ 'ਤੇ ਵੀ, ਤਾਣੇ ਬਾਣੇ ਨੂੰ ਵੀ ਕਿਸ ਤਰ੍ਹਾਂ ਇਹਨੇ ਖਰਾਬ ਕੀਤਾ ਹੈਗਾ, ਉਹ ਹੋਇਆ ਕਿ ਪੰਜਾਬ 'ਚ ਅੱਜ ਹਰ ਪਾਸੇ, ਚਾਹੇ ਉਹ ਭੂ ਮਾਫੀਆ ਹੈਗਾ,
चाहे वह नशा माफिया हैगा, चाहे वह ट्रांसपोर्ट माफिया हैगा है, चाहे वह रेता बजरी माफिया, चाहे वह केबल माफिया, चाहे वह शराब माफिया, जाने के आर्थिक गतिविधि का हर खेत्र पंजाब का अज माफिया की जकड़ हैगा। यह गल जरूर है कि जो कालिया राज हों उस 80% अकाली होंगे तो 20 कांग्रेसी होंगे है, अज राज कांग्रेस का हैगा तो 80% कांग्रेसी 20 अकाली है। एग्जैक्टली कोई पिंडों बहर कोई नहीं निकलता, बिच बने रहते हैं, क्योंकि इन्हों दोनों अकालिया कांग्रसियों विचकार जे कोई चीज सांझी हैगी है तो माफिया सांझा हैगा। यो कारण है कि तुम दसना चाहता कि जो भी कोई नवा मुख्यमंत्री आता है दुनिया भर हिंदुस्तान भर च रिवाज है, पंजाब च रवायत रही हैगी है, जो माफिया राज नहीं सी होंगे तो जो भी नवा मुख्यमंत्री आता तो सब तो पहला दो काम करता कि वह स्टेट का चीफ सैकटरी तो स्टेट का DGP दोनों पासे करता ताकि अपने अपनी मन मर्जी का जिन्हें उदा सियासी जिन्हें राबता हो प्रशासनिक राबता हो प्रशासनिक राबता अज की गल नहीं करता मैं तो वह पहले वह पुराने ला के क्योंकि उसका प्रशासनिक राबता पहले CM का सेगा नवे का नहीं होंगे तो जिन्हें प्रशासनिक राबता हो CM CM उस चीफ सैकटरी चीफ DGP लैके आता। पंजाब देख लो तुम कि DGP पंजाब जब तक रिटायर नहीं होया उ DGP अकालिया की बनी तनी दुकान वो कांग्रेस ने सामभली हैगी है, क्योंकि सारे कुछ अक्सर जो पुलिस हैगी है वह सारे कासी नूं कंट्रोल भी करती है तो ओवरसी भी करती हैगी है, जे रोकना तभी पुलिस ने रोकना, जे अलाउ करना तभी पुलिस ने अलाउ, कोई माफिया हो रेता बजरी हो ट्रांसपोर्ट हो बसा चैकिंग पुलिस ने करनी हैगी है, शराब का हो जे बिकनी तभी पुलिस की सहमति ने बिकनी है, शह ना बिकनी है, जे रुकनी तभी पुलिस ने रोकनी हैगी। सो पुलिस एक अजिहा अहम विभाग है जिसके उत्ते सरकार की पूरी जकड़ पकड़ होनी लाजमी हैगी है। उस पुलिस नूं कैप्टन साहब ने सरकार ने ज कैप्टन साहब ने उस पुलिस चीफ नूं जिहड़े कि सुरेश अरोड़ा जी सीगे उन्होंने इन्होंने जो तक रिटायर नहीं होए ज्यों दी बनाई रखिया। कारण की सीगा कि उन्होंने अकाली बनी तनी दुकान सीगी माफिया की उन्होंने सांभनी सी, और इसके खिलाफ लगातार सिद्धू साहब तो लैके कुलवीर जीरे तो लैके शमशेर दुल्लो तो लैके तो अपना नागरा साहब तो लैके तिमान साहब तो लैके किन्ने लोगों ने समय समय से बड़ी जोरदार बुलंद आवाज उठाई है, तो उस बुलंद आवाज में सियासी गिनतियां मिनतियां देन दबके नाल भी दाबा ला के भी तो पचका के भी पचकार के भी ये काबू करते रहे, इस संभालते रहे है सवाए सिद्धू साहब तो। और जो हूँ जो जिस तरह रवैया कल जी जी उन्होंने मतलब अपने प्रगट सिंह उन्होंने जो अपने रवैया जाहिर किया है जो उन्हें तेवर दिखाए हैगे इन दो बंद छड़ के बाकी सारे हौली 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 वो किसी ना किसी मजबूरी बस, क्योंकि एक गल तुम मैं दसना चाहना कि जो मौजूदा सियासत का दौर है चलता पाया हिंदुस्तान होर पंजाब भी हिंदुस्तान भी दुनिया भी है कि सत्ता सब तो व्डा गूंद है, सत्ता गूंद है। अकालिया वे बहुत लोग औखे से पर छड़ के कोई नहीं गया सवाए प्रगट सिंह, प्रगट सिंह उदो भी पंगा पा के बह गए थे। हूँ भी कांग्रेस के बहुत लोग कैप्टन तो बहुत औखे ने कैप्टन साहब तो पर छड़ के कोई नहीं जाता, क्योंकि सत्ता गूंद हैगा, सत्ता एक नशा भी हैगा एक जोड़न वास्ते गूंद भी हैगा। सो इस करके इस जे पहलू नूं पासे भी छड़ दे समय ते जिहड़ी बगावत कर दिंदे जिवें राजा वड़िंग दी आपां तुसीं देखियो उहनां ने लगातार ट्वीट ते ट्वीट बैक टू बैक मुख सकत्तर नूं लैके वड्डे वड्डे खुलासे कर दित्ते, रिपोर्टां दिखा दित्तियां वी आह देखो कदे किसे अखबार दी रिपोर्ट कदे किसे दी, बिल्कुल कारवाई फिर भी कुछ नहीं हो रही। राजा वड़िंग ते भी इही सवाल उठदा ना कि उदों क्यों नहीं पहलां बोले सीगे पर कारवाई क्यों नहीं, देख सब कुछ रहा पता सब कुछ। देखो इहदे च दो मतलब नुकते हो सकते हैं, एक तो तुसी मतलब ये समझ लो कि जिहड़ी सियासी पार्टी राज करती हैगी है वो जिन्हें भी लोग विधायक बनते हैं जां जिवें हुण राजा वड़िंगे लै लो तुसी वह ऑल इंडिया जनरल सैकटरी रहे कांग्रेस के अपने आप नूं सियासी हैसीयत समझते हैं है। और उन्होंने अपने इलाके है भी हैगी है, चंगे बुलारे है, यंग है, नौजवान लीडर है मालवे के, तो उन्हें सियासी कांक्षावां की ने वो मतलब हो सकता कि कोई बंदा मैं उन्होंने गल ही कल करता जिन्हें बंदे बोलते हैं जरूरी नहीं कि उन्होंने मनशा साफ हो पंजाब वास्ते सुरिद हो ईमानदार हो अंदर कोई ईमानदार की अग पैदा हो गई हो सकता अपना सियासी मुल तो जो नाप तोल वधाण वास्ते सियासी कीमत वधाण वास्ते रुतबा वधाण वास्ते जुत कोई अहुदा हासिल करने वास्ते चाहे कह चुके हाँ जो मंत्रियों का जो फेरबदल कर देना चाहिए कह चुके कभी जाहिर करते कभी जाहिर नहीं भी करते।
ਉਹਦੇ ਚੋਂ ਇੱਕੋ ਤਰੀਕਾ ਹੁੰਦਾ ਕਿ ਸਰਕਾਰ ਨੇ ਥੋੜ੍ਹਾ ਥੋੜ੍ਹੀ ਘੰਡੀ ਨਾ ਮਰੋੜੋ ਥੋੜ੍ਹੀ ਜਿਹੀ ਸਰ ਘੁੰਡੀ ਮਰੋੜੋ ਸਰਕਾਰ ਦੀ ਅਤੇ ਉਹਦੇ ਵਾਸਤੇ ਅਲੱਗ ਅਲੱਗ ਲੋਕ ਕਰਦੇ ਰਹਿੰਦੇ ਨੇ ਮੈਂ ਟਾਈਮ ਟਾਈਮ 'ਤੇ ਦਿਖਾਉਂਦੇ ਰਹਿੰਦੇ ਤਾਂ ਕਿ ਇੱਕ ਸਿਆਸੀ ਪ੍ਰਸੰਗਿਕਤਾ ਬਣੀ ਰਹੇ ਇੱਕ ਲੋਕਾਂ ਵੱਲੋਂ ਭੱਲ ਬਣੀ ਰਹੇ ਲੋਕਾਂ ਵੱਲ ਚੰਗੇ ਬਣੇ ਰਹੀਏ ਇੱਕ ਜਿਹੜਾ ਜਿਹੜਾ ਮਤਲਬ ਹਾਵੀ ਮਤਲਬ ਜੋ ਸਿਆਸੀ ਤਾਕਤ ਹੈ ਜਿਹਦੇ ਕੋਲ ਜਿਵੇਂ ਕੈਪਟਨ ਸਾਹਿਬ ਨੇ ਪੰਜਾਬ 'ਚ ਉਹਨਾਂ ਨੂੰ ਮਤਲਬ ਆਪਣੀ ਜਿਹੜੀ ਸਿਆਸੀ ਬੁਕਤ ਹੈਗੀ ਹੈ ਸਿਆਸੀ ਮਤਲਬ ਇੱਕ ਹੈਸੀਅਤ ਹੈਗੀ ਹੈ ਉਹਦਾ ਅਹਿਸਾਸ ਕਰਾਉਂਦੇ ਰਿਹਾ ਜਾਵੇ ਤਾਂ ਕਿ ਚੱਲ ਹੋਰ ਕੁਛ ਨਹੀਂ ਤਾਂ ਉਹਦੇ ਕੰਮ ਕੁੰਮ ਹੋ ਹੀ ਜਾਣ ਸਾਰੇ ਆਪਾਂ ਇੱਥੇ ਜੇ ਸ਼ਰਾਬ ਮਾਫੀਆ ਦੀ ਗੱਲ ਕਰੀਏ ਇਹਨੂੰ ਨੈਕਸਸ ਨੂੰ ਦੇਖੋ ਇਹਨੂੰ ਸਮਝਣ ਦੇ ਲਈ ਲੋਕ ਵੀ ਬੜੀ ਕੋਸ਼ਿਸ਼ ਕਰਦੇ ਨੇ ਕਿ ਚੱਲ ਕੀ ਰਿਹਾ ਤੁਸੀਂ ਦੇਖਿਆ ਕਿ ਆਪਾਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ ਤੋਂ ਆ ਇੱਥੇ ਤੁਸੀਂ ਦੇਖਿਆ ਕਿ ਨਜਾਇਜ਼ ਕਹਿ ਰਹੇ ਨੇ ਕਿ ਜਿਹੜੇ ਸ਼ਰਾਬ ਦੇ ਠੇਕੇ ਨੇ ਨਿੱਕੇ ਮੋਟੀਆਂ ਦੁਕਾਨਾਂ ਚੱਲਦੀਆਂ ਉਹ 200 ਤੋਂ ਵੱਧ ਨੇ ਜਿਹੜੀਆਂ ਗਿਣਤੀ ਦੇ ਵਿੱਚ ਆਈਆਂ 200 ਤੋਂ ਵੱਧ ਪੰਜਾਬੀ ਟ੍ਰਿਬਿਊਨ 'ਚ ਖਬਰ ਲੱਗੀ ਸੀਗੀ ਪਰ ਇਹ ਲੱਗਦਾ ਕਿ ਕਿਤੇ ਇਦੋਂ ਵੱਧ ਹੈ ਕਿਉਂਕਿ ਪਿੱਛੇ ਜੇ ਖੰਨੇ 'ਚ ਇੱਕ ਫੈਕਟਰੀ ਫੜੀ ਗਈ ਆ ਪਟਿਆਲਾ ਦੇ ਵਿੱਚ ਹੁਣ ਜਿਹੜੀ ਹੈ ਜਲਾਲਪੁਰ ਸਾਹਿਬ ਦੇ ਕਨੈਕਸ਼ਨ ਜਿਹੜੇ ਕਹਿ ਰਹੇ ਨੇ ਕਾਂਗਰਸੀ ਸਰਪੰਚ ਵੀ ਫੜਿਆ ਗਿਆ ਕਾਂਗਰਸ ਸਰਪੰਚ ਵੀ ਫੜਿਆ ਰਿਹਾ ਉਹਦੀਆਂ ਕਾਂਗਰਸੀ MLA ਨਾਲ ਵੀ ਫੋਟੋ ਹੈਗੀਆਂ ਉਹਦੀਆਂ ਕਾਂਗਰਸੀ MP ਨਾਲ ਵੀ ਫੋਟੋ ਹੈਗੀਆਂ ਉਹਦੀਆਂ ਬਹੁਤ ਸਾਰੇ ਹੋਰ ਸਿਆਸੀ ਲੀਡਰ ਆਫ ਕਾਂਗਰਸ ਨਾਲ ਫੋਟੋ ਹੈਗੀਆਂ ਤਾਂ ਜੱਗ ਜਾਹਰ ਹੈ ਕਿ ਜੇ ਕਿਸੇ ਨੇ ਕੋਈ ਕਾਲਾ ਧੰਦਾ ਕਰਨਾ ਹੈਗਾ ਕੋਈ ਗੈਰ ਕਾਨੂੰਨੀ ਫੈਕਟਰੀ ਲਾਣੀ ਹੈਗੀ ਹੈ ਇਹ ਤਾਂ ਬਿਲਕੁਲ ਹੀ ਅਨਪੜ੍ਹ ਤੋਂ ਅਨਪੜ੍ਹ ਬੰਦੇ ਨੂੰ ਜਿਹਨੂੰ ਮਾੜੀ ਮੋਟੀ ਸਿਆਸੀ ਸੂਝ ਉਹਨੂੰ ਵੀ ਪਤਾ ਵੀ ਕੋਈ ਗੈਰ ਕਾਨੂੰਨੀ ਕੰਮ ਬਗੈਰ ਸਰਕਾਰੀ ਸ਼ਹਿ ਤੇ ਸਰਪ੍ਰਸਤੀ ਤੋਂ ਬਗੈਰ ਹੋ ਨਹੀਂ ਸਕਦਾ ਹੈਗਾ ਸ਼ਰਾਬ ਦੀ ਫੈਕਟਰੀ ਬਹੁਤ ਵੱਡੀ ਗੱਲ ਹੈ ਇੱਕ ਨਿੱਕੀ ਜਿਹੀ ਗੱਲ ਨਹੀਂ ਲੁਕੀ ਰਹਿ ਸਕਦੀ ਸਰਕਾਰ ਕੋਲੋਂ ਪੁਲਿਸ ਕੋਲੋਂ ਜੇਕਰ ਬੰਦੇ ਨਾ ਜਲਾਉਣਾ ਹੈਗਾ ਤਾਂ ਇਹ ਤਾਂ ਸੋਚਣਾ ਹੀ ਗਲਤ ਹੈ ਕਿ ਉਹ ਇਹਨਾਂ ਨੂੰ ਪਤਾ ਨਹੀਂ ਸੀ ਜਾਂ ਉਹ ਇਹਨਾਂ ਦੀ ਨੌਲੇਜ ਤੋਂ ਬਾਹਰ ਸੀਗਾ ਕੋਈ ਗੱਲ ਅਲੱਗ ਹੈ ਕਿ ਕਿੱਥੇ ਕਿੰਨਾ ਜਾਂਦਾ ਸੀ ਕਿੱਥੇ ਕਿੰਨਾ ਜਾਂਦਾ ਸੀ ਕਿਵੇਂ ਹੋਇਆ ਕਿਵੇਂ ਨਹੀਂ ਉਹ ਇੱਕ ਅਲੱਗ ਜਾਂਚ ਦਾ ਵਿਸ਼ਾ ਹੈਗਾ ਆ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਪੰਜਾਬ ਕੋਲ ਇਸ ਵੇਲੇ GST ਲੱਗਣ ਤੋਂ ਬਾਅਦ ਰਾਜਾਂ ਕੋਲ ਆਪਣੇ ਸਾਧਨ ਜੁਟਾਉਣ ਦੇ ਬਹੁਤ ਬੜੇ ਸੀਮਿਤ ਸਾਧਨ ਹੈਗੇ ਆ ਆਪਣੇ ਬੜੇ ਸੀਮਿਤ ਢੰਗ ਹੈਗੇ ਆ ਦੋ ਢੰਗ ਨੇ ਰਾਜਾਂ ਕੋਲ ਇੱਕ ਵੈਟ ਲਾਉਣਾ ਡੀਜ਼ਲ ਤੇ ਪੈਟਰੋਲ ਤੇ ਦੂਜਾ ਹੈਗਾ ਸ਼ਰਾਬ ਤੇ ਟੈਕਸ ਲਾਉਣਾ ਇਹ ਦੋ ਟੈਕਸ ਰਹਿ ਗਏ ਰਾਜਾਂ ਕੋਲ ਬਾਕੀ ਸਾਰੇ ਡਾਇਰੈਕਟ ਇਨਡਾਇਰੈਕਟ ਟੈਕਸ ਉਹ ਸੈਂਟਰ ਹੂੰਝ ਕੇ ਲੈ ਗਿਆ ਜਿਹਦੇ ਵਾਸਤੇ ਮੈਂ ਪਹਿਲਾਂ ਬਾਦਲ ਸਾਹਿਬ ਮਤਲਬ ਸੈਂਟਰ ਦੀ ਮਤਲਬ ਆਪਾਂ ਦੇਖਦੇ ਸੀ ਕਿਵੇਂ ਪਹਿਲਾਂ ਹੁਣ GST ਹੋਣਾ ਹੈ ਨਾ ਅਤੇ ਪਹਿਲਾਂ ਬਾਦਲ ਸਾਹਿਬ ਵੀ ਸੈਂਟਰ ਅੱਗੇ ਠੁੱਠਾ ਲੈ ਕੇ ਖੜਦੇ ਰਹੇ ਹੁਣ ਮਨਪ੍ਰੀਤ ਬਾਦਲ ਠੁੱਠਾ ਲੈ ਖੜਦੇ ਪਏ ਗੇ ਮਤਲਬ ਪਹਿਲਾਂ ਇਹਨਾਂ ਦੇ ਮਤਲਬ ਪਹਿਲਾਂ ਵੀ ਮਨਪ੍ਰੀਤ ਬਾਦਲ ਸੀ ਵਿੱਤ ਮੰਤਰੀ ਉਦੋਂ ਵੀ ਠੁੱਠਾ ਲੈ ਖੜਦੇ ਰਹੇ ਸੋ ਇਹ ਜਾਂ ਬਾਅਦ ਪਰਮਿੰਦਰ ਹੋਣੀ ਆਏ ਨੇ ਅਤੇ ਅੱਜ ਮਤਲਬ ਜੋ ਹਾਲ GST ਆਉਣ ਤੋਂ ਬਾਅਦ ਤਾਂ ਜਿਹੜੇ ਰਾਜ ਨੇ ਬਿਲਕੁਲ ਖੁੰਗੜ ਹੋ ਗਏ ਹੈਗੇ ਆ ਬਿਲਕੁਲ ਉਹ ਗਰੀਬੜੇ ਬਣ ਗਏ ਹੈਗੇ ਆ ਬਿਲਕੁਲ ਮੰਗਤੇ ਬਣ ਗਏ ਹੈਗੇ ਆ ਔਰ ਰਾਜ ਸੈਂਟਰ ਨੇ ਸਾਰੇ ਟੈਕਸਾਂ ਦੀ ਸਿੱਧੀ ਵਸੂਲੀ ਆਪਣੇ ਕੋਲ ਲਿਆ ਕੇ ਇਹਨਾਂ ਦਾ ਹਿੱਸਾ ਬਾਅਦ 'ਚ ਆਪਣੇ ਕੋਲੋਂ ਜਿਵੇਂ ਹੁੰਦਾ ਨਾ ਕੋਈ ਮਹਾਰਾਜਾ ਹੁੰਦਾ ਕੋਈ ਦਾਨ ਦੇਣਾ ਹੁੰਦਾ ਹੈਗਾ ਔਰ ਵੀ ਆ ਕੇ ਹੱਥ ਮਿੰਨਤਾਂ ਕਰਾ ਕੇ ਇਹਨਾਂ ਨੂੰ ਵਾਪਸ ਪੈਸੇ ਕਰਦੇ ਹੈ ਸੋ ਕਿੰਨੀ ਵਾਰੀ ਅਪੀਲ ਕਰ ਨੂੰ ਕਿ ਸਾਡਾ ਜਿਹੜਾ ਫੰਡ ਹੈ ਜਿਹੜਾ GST ਦਾ ਬਕਾਇਆ ਹੈ ਬਿਲਕੁਲ ਕਿਉਂ ਨਹੀਂ ਦਿੰਦੇ ਬਿਲਕੁਲ ਜੀ ਤੇ ਇਹਦੇ ਨਾਲ ਹੀ ਮਤਲਬ ਰਾਜ ਕੋਲ ਦੋ ਸਾਧਨ ਹੈਗੇ ਇੱਕ ਹੈਗਾ ਸ਼ਰਾਬ ਤੇ ਦੂਜਾ ਹੈਗਾ ਤੇ ਸ਼ਰਾਬ ਦੇ ਮਾਮਲੇ ਦੇਖੋ ਕਿ ਪੰਜਾਬ ਸ਼ਰਾਬ 'ਚ ਖਪਤ ਕਿੰਨੀ ਹੈਗੀ ਹੈ ਕਿੰਨੇ ਠੇਕੇ ਹੈਗੇ ਹੈ ਤੇ ਇਸਦੇ ਮੁਕਾਬਲੇ ਦਿੱਲੀ ਦੀ ਸਰਕਾਰ ਹੈਗੀ ਹੈ ਤੇ ਆਪਣੀਆਂ ਦੱਖਣ ਦੀਆਂ ਸਰਕਾਰਾਂ ਖਾਸ ਤੌਰ ਤੇ ਤਾਮਿਲਨਾਡੂ ਦੀ ਸਰਕਾਰ ਹੈਗੀ ਤਾਮਿਲਨਾਡੂ ਕੋਲ ਸਿਰਫ ਕੋਈ 3,000 ਠੇਕਾ ਹੈਗਾ ਹੈ ਤੇ ਉੱਥੇ ਮਤਲਬ 3,000 ਠੇਕਿਆਂ ਦੇ ਉੱਤੇ ਤੇ ਪੰਜਾਬ ਨਾਲੋਂ ਜਿਹੜੀ ਸ਼ਰਾਬ ਦੀ ਖਪਤ ਹੈ ਜੇ ਪੰਜਾਬ 'ਚ ਮੰਨ ਲਓ 100 ਬੋਤਲ ਹੈਗੀ ਹੈ ਤਾਂ ਉੱਥੇ ਉਹਦੇ ਮਤਲਬ 70 ਬੋਤਲਾਂ ਨੇ ਮਤਲਬ ਪੰਜਾਬ ਦੀ ਖਪਤ ਡੂਢੀ ਹੈਗੀ ਹੈ ਪੰਜਾਬ ਦੀ ਖਪਤ ਸ਼ਰਾਬ ਦੀ ਡੂਢੀ ਹੈਗੀ ਹੈ ਤਾਮਿਲਨਾਡੂ ਨਾਲੋਂ ਤੇ ਠੇਕਾ ਦੁੱਗਣੇ ਹੈਗੇ ਹੈ ਉੱਥੇ 3,000 ਠੇਕਾ ਪੰਜਾਬ 'ਚ 6,000 ਠੇਕਾ ਖਪਤ ਜਿੰਨੀ ਉੱਥੇ ਹੈਗੀ ਹੈ ਉਹ ਤੋਂ ਖਪਤ ਪੰਜਾਬ 'ਚ ਡੂਢੀ ਹੈਗੀ ਹੈ ਸੋ ਤਾਮਿਲਨਾਡੂ ਨੂੰ ਸਰਕਾਰੀ ਤੌਰ 'ਤੇ ਠੇਕੇ ਖੋਲ੍ਹ ਕੇ ਆਪਣੇ ਕੰਟਰੋਲ 'ਚ ਲੈ ਕੇ ਮਾਫੀਆ ਨੂੰ ਬਾਹਰ ਕੱਢ ਕੇ ਜਿਹੜੇ ਪੌਂਟੀ ਚੱਡਾ ਵਰਗੇ ਹੁਣ ਤਾਂ ਵਿਚਾਰਾ ਧਰਤੀ 'ਤੇ ਹੈ ਨਹੀਂ ਮਤਲਬ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦਾ ਮੈਂ ਕੁੱਲ ਮਾਫੀਆ ਦੀ ਗੱਲ ਕਰਦਾ ਹੈਗਾ ਜਾਂ ਜਿਹੜਾ ਮਾਫੀਆ ਤਿੰਨਾਂ ਵਿਚਕਾਰ ਹੈਗਾ ਉਹ ਹੈਗਾ ਕਿ ਜਿਹੜੀ ਇੱਕ ਡਿਸਟਿਲਰੀਆਂ ਅਤੇ ਦੂਜਾ ਠੇਕੇਦਾਰ ਅਤੇ ਤੀਜਾ ਸਰਕਾਰ ਜਾਂ ਸਰਕਾਰ ਦੀ ਬਿਊਰੋਕਰੇਸੀ ਜਿਹਨਾਂ ਵਿਚਕਾਰ ਜੋ ਮਾਫੀਆ ਚੱਲਦਾ ਜਿਸ ਕਰਕੇ ਪੰਜਾਬ ਦੇ ਬਹੁਤ ਵੱਡਾ ਆਮਦਨ ਦਾ ਸਾਧਨ ਉਹ ਖੋ ਕੇ ਕੁਛ ਚੰਦ ਇੱਕ ਟੱਬਰਾਂ ਕੋਲ ਚਾਹੇ ਉਹ ਠੇਕੇਦਾਰੀ ਦੇ ਅਧੀਨ ਹੈਗੇ ਆ ਚਾਹੇ ਉਹ ਸਿਆਸੀ ਟੱਬਰ ਨੇ ਉਹਨਾਂ ਕੋਲ ਜਿਹੜਾ ਸਿਮਟਦਾ ਜਾ ਰਿਹਾ ਇਕੱਠਾ ਹੁੰਦਾ ਜਾ ਰਿਹਾ ਹੈਗਾ ਉਸ ਕਰਕੇ ਤਾਮਿਲਨਾਡੂ ਨੂੰ 3,000 ਠੇਕਿਆਂ ਤੋਂ ਪੰਜਾਬ ਤੋਂ ਇੱਕ 2.5 ਸ਼ਰਾਬ ਘੱਟ ਵੇਚ ਕੇ ਵੀ 30,000 ਕਰੋੜ ਸਾਲ ਦੀ ਆਮਦਨ ਹੋ ਰਹੀ ਹੈ ਜਦਕਿ ਪੰਜਾਬ ਨੂੰ 6,000 ਠੇਕਾ ਹੋਣ ਦੇ ਬਾਵਜੂਦ ਡੂਢੀ ਸ਼ਰਾਬ ਵਰਤਣ ਦੇ ਬਾਵਜੂਦ ਸਾਡੀ ਆਮਦਨ ਕਿੰਨੀ ਹੈ 5,500 ਕਰੋੜ ਉਹ ਵੀ ਹਰ ਸਾਲ ਘੱਟੇ ਜਾ ਰਹੀ ਹੈ ਵਿਚਕਾਰ ਇੱਕ ਤਾਂ ਬਹੁਤ ਵੱਡਾ ਜਿਹੜਾ ਜਿਹੜੇ ਠੇਕੇਦਾਰ ਵੀ ਹੈਗੇ ਉਹ ਵੀ ਕੁਛ ਪਰਿਵਾਰ ਨੇ ਸਿੰਡੀਕੇਟ ਹੈ ਪੂਰਾ ਇੱਕ ਸਿੰਡੀਕੇਟ ਹੈ ਪਤਾ ਕਿਆ ਠੇਕੇ ਹਰ ਸਾਲ ਉਹਨਾਂ ਨੇ ਲਿਜਾਣੇ
ਹੈਗੇ ਆ ਉਹਨਾਂ ਦੇ ਅੱਗੇ ਉਹਨਾਂ ਦੇ ਅੱਗੇ ਧੀਆਂ ਪੁੱਤ ਜਾਂ ਹੋਰ ਨੇੜੇ ਤੇੜੇ ਰਿਸ਼ਤੇਦਾਰ ਉਹ ਕੋਈ ਸੌਕ ਬੰਦਾ ਹੋਊ ਪੰਜਾਬ ਜਿਹੜਾ ਸਾਰੇ ਪੰਜਾਬ ਦੇ ਸ਼ਰਾਬ ਦੇ ਕਾਰੋਬਾਰ ਨੂੰ ਸੰਭਾਲਦਾ ਹੈਗਾ ਉਹ ਤੇ ਪਲੱਸ ਜਿਹੜਾ ਇੱਕ ਉਹਨੇ ਠੇਕਿਆਂ ਦੇ ਬਾਹਰ ਜੋ ਬਰਾਬਰ ਪੈਰਲਲ ਸਮਾਨਾਂਤਰ ਇੱਕ ਹੋਰ ਜਿਹੜਾ ਵਪਾਰ ਚੱਲਦਾ ਅੰਡਰਹੈਂਡ ਚੱਲਦਾ ਜਿਹੜਾ ਕਹਿੰਦੇ ਉੱਥੋਂ ਇੰਨੀਆਂ ਬੋਤਲਾਂ ਫੜੀ ਗਈਆਂ ਜੀਪ ਫੜੀ ਗਈ ਬੋਤਲਾਂ ਦੀ ਹਜ਼ਾਰ ਬੋਤਲ ਫੜੀ ਗਈ ਈਵਨ ਮੈਂ ਤਾਂ ਇਹ ਵੀ ਕਹੂੰਗਾ ਜਿਹੜਾ ਮੈਂ ਅਸੀਂ ਜਦੋਂ ਮੈਂ ਤੇ ਰੱਖੜਾ ਸਾਹਿਬ ਨੇ ਇੱਥੇ ਸਮਾਣੇ ਕੋਲ ਜਿਹੜਾ ਜ਼ਖੀਰਾ ਫੜਿਆ ਸੀ ਸ਼ਰਾਬ ਦਾ ਵੋਟਾਂ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਤਾਂ ਉਹ ਸ਼ਰਾਬ ਵੀ ਸਾਰੀ ਇਲੀਗਲ ਸੀਗੀ ਹੋ ਸਕਦਾ ਉਹ ਇੱਥੋਂ ਹੀ ਆਈ ਹੋਵੇ ਜਿਹੜੀ ਫੈਕਟਰੀ ਹੁਣ ਫੜੀ ਗਈ ਹੈਗੀ ਹੈ ਘਨੌਰ ਵਿੱਚ ਜਾਂ ਉਹ ਕਿਸੇ ਹੋਰ ਪਾਸੇ ਸੋ ਹਰਿਆਣੇ ਤੋਂ ਸ਼ਰਾਬ ਲਿਆ ਕੇ ਪੰਜਾਬ ਤੋਂ ਸ਼ਰਾਬ ਇਲੀਗਲ ਵੇਚ ਕੇ ਜੀ ਤਾਂ ਕਿ ਸਰਕਾਰ ਨੂੰ ਆਮਦਨ ਆ ਜਾਵੇ ਸਿੱਧਾ ਮੋਟਾ ਮੁਨਾਫਾ ਠੇਕੇਦਾਰਾਂ ਕੋਲ ਜਾਂ ਸਰਕਾਰੀ ਜਾਂ ਬਲੈਕ ਮਨੀ ਬਣਾ ਕੇ ਜਿਹੜਾ ਬਲੈਕ ਮਨੀ ਵੋਟਾਂ 'ਚ ਵਰਤਿਆ ਜਾਵੇ ਜਾਂ ਹੋਰ ਆਪਣੇ ਆਪਣੇ ਧਨ ਦੇ ਅੰਬਾਰ ਲਾਏ ਜਾਣ ਪੈਸੇ ਦੇ ਅੰਬਾਰ ਲਾਏ ਜਾਣ ਉਹ ਪੈਸਾ ਠੇਕੇਦਾਰਾਂ ਨਾਲ ਸਰਕਾਰੀ ਅਮਲੇ ਨਾਲ ਤੇ ਸਰਕਾਰ ਦੇ ਸਿਆਸੀ ਲੀਡਰ ਉਹਨਾਂ ਨਾਲ ਮਿਲ ਕੇ ਇੱਕ ਪੈਰਲਲ ਇਕਾਨਮੀ ਪੈਰਲਲ ਜਿਹੜੀ ਜਿਹੜੀ ਸ਼ਰਾਬ ਦੀ ਵਿਕਰੀ ਹੈਗੀ ਹੈ ਪੂਰਾ ਤੰਤਰ ਹੈਗਾ ਹੈ ਉਹ ਪੰਜਾਬ ਚੱਲ ਰਿਹਾ ਜਿਹੜਾ ਕਿ ਅਰਬਾਂ ਖਰਬਾਂ ਰੁਪਏ ਦਾ ਹੈਗਾ ਡਾਕਟਰ ਸਾਹਿਬ ਇਹਦੇ ਉੱਤੇ ਨਵਜੋਤ ਸਿੱਧੂ ਵੀ ਬੜੇ ਵੱਡੇ ਵੱਡੇ ਖੁਲਾਸੇ ਕਰ ਗਏ ਸਰਕਾਰ ਸੁਣਦੀ ਨਹੀਂ ਜਿੰਨਾ ਮਰਜ਼ੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾ ਦੋ ਦੇਖੋ ਮੈਨੂੰ ਤਾਂ ਮਾਈਨਿੰਗ ਮਾਫੀਆ ਦੀ ਵੀ ਗੱਲ ਕਰ ਲਈਏ ਮਾਈਨਿੰਗ ਮਾਫੀਆ ਨੂੰ ਲੈ ਕੇ ਕਵਰ ਸੰਧੂ ਹੋਣਾ ਨੇ ਵੀ ਸਵਾਲ ਚੁੱਕੇ ਸਾਰੇ ਲੀਡਰ ਕਾਂਗਰਸ ਦੇ ਜਿਹੜੇ ਸਰਕਾਰ ਦੇ ਵਿੱਚ ਲੀਡਰ ਨੇ ਉਹ ਵੀ ਕਈ ਸਵਾਲ ਚੁੱਕਦੇ ਜਿਹੜੇ ਇਮਾਨਦਾਰੀ ਦੇ ਵਿੱਚ ਆਉਂਦੇ ਨੇ ਹਾਂਜੀ ਹਾਂਜੀ ਕਹਿੰਦੇ ਨੇ ਕਿ ਦੇਖੋ ਮਾਲੀਆ ਉੱਥੋਂ ਵੀ ਬਣ ਸਕਦਾ ਹੈ ਫਿਰ ਵੀ ਸਰਕਾਰ ਸੁਣਨ ਨੂੰ ਰਾਜ਼ੀ ਕਿਉਂ ਨਹੀਂ ਕੀ ਲੱਗਦਾ ਹੈ ਕਿ ਪੰਜਾਬ 'ਚ ਰੁਜ਼ਗਾਰ ਹੈ ਨਹੀਂ ਹਸਤਾਂ 'ਚ ਦਵਾਈ ਹੈ ਨਹੀਂ ਹੈ ਅਧਿਆਪਕਾਂ ਦੀ ਭਰਤੀ ਨਹੀਂ ਹੈਗੀ ਹੈ ਸਾਰੀਆਂ ਭਰਤੀਆਂ ਬੰਦ ਹੈ ਪੰਜਾਬ ਹਰ ਪਾਸਿਓਂ ਚਤਰਫੇ ਸੰਕਟ 'ਚ ਘਿਰਿਆ ਹੋਇਆ ਕਿਸਾਨੀ ਖੁਦਕੁਸ਼ੀਆਂ ਰਾਹ ਪਈ ਹੋਇਆ ਨੌਜਵਾਨ ਨਸ਼ਿਆਂ ਰਾਹ ਪਏ ਹੋਏ ਹੈਗੇ ਹੈ ਬੇਰੁਜ਼ਗਾਰੀ ਕਰਕੇ ਨੌਜਵਾਨ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਹੈਗੇ ਉਹਦੇ ਬਾਵਜੂਦ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ ਕਿ ਜਿੰਨੇ ਵੀ ਸਾਧਨ ਬਚੇ ਖੋਚੇ ਹੈਗੇ ਸੈਂਟਰ ਦੀ ਜਿਹੜੀ ਜ਼ਾਲਮਾਨਾ ਨੀਤੀ ਹੈਗੀ ਹੈ ਟੈਕਸੇਸ਼ਨ ਅਤੇ ਹੋਰ ਪੰਜਾਬ ਨਾਲ ਧੱਕਾ ਹੋਇਆ ਜਿੰਨਾ ਕੁ ਵੀ ਪੰਜਾਬ 'ਚ ਬਚਿਆ ਉਹਨੂੰ ਵੀ ਚੰਗੀ ਤਰ੍ਹਾਂ ਵਰਤ ਕੇ ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਸਰਕਾਰ ਦੀ ਕੋਈ ਨੀਤ ਨਹੀਂ ਹੈਗੀ ਮੈਨੂੰ ਤਾਂ ਇਉਂ ਲੱਗਦਾ ਕਿ ਕਾਂਗਰਸ ਨੂੰ ਇਹ ਲੱਗਦਾ ਕਿ ਵੀ ਹੁਣ ਅਗਲੇ 5 ਸਾਲੀ ਤਾਂ ਆਪਾਂ ਆਉਣਾ ਨਹੀਂ ਹੈਗਾ ਹੁਣ ਜਿਹੜੇ 2-3 ਸਾਲ ਪਹਿਲਾਂ ਦਾਅ ਲਾ ਲਿਆ 2 ਸਾਲ ਜਿਹਦਾ ਦਾਅ ਲੱਗਦਾ ਲਾ ਲਓ ਜਿੰਨਾ ਪੈਸਾ ਇਕੱਠਾ ਹੁੰਦਾ ਲੈ ਲਓ ਜੇ ਆਉਣਾ ਵੀ ਹੋਇਆ ਤਾਂ ਪੈਸੇ ਵੋਟਾਂ ਖਰੀਦ ਕੇ ਆਵਾਂਗੇ ਲੋਕਾਂ ਦੀ ਮਨਮਰਜ਼ੀ ਨਾਲ ਲੋਕ ਸਾਨੂੰ ਚਾਅ ਨਾਲ ਤਾਂ ਵੋਟਾਂ ਹੁਣ ਪਾਉਣ ਨਹੀਂ ਲੱਗੇ ਸੋ ਮੈਨੂੰ ਤਾਂ ਇਹ ਲੱਗਦਾ ਮੈਨੂੰ ਤਾਂ ਇਹ ਨਜ਼ਰੀਆ ਲੱਗ ਰਿਹਾ ਕੈਪਟਨ ਸਾਹਿਬ ਦਾ ਵੀ ਅਤੇ ਉਹਦੀ ਸਾਰੀ ਕੈਬਨਿਟ ਦਾ ਵੀ ਸਵਾਏ ਕੁਛ ਕੁ ਲੋਕਾਂ ਨੂੰ ਛੱਡ ਕੇ ਸਾਰੇ ਮਾੜੇ ਨਹੀਂ ਹੁੰਦੇ ਹੈਗੇ ਆ ਪਰ ਮੈਜੋਰਟੀ ਲੋਕ ਜੋ ਹੈਗੇ ਇਸ ਵੇਲੇ ਕਾਂਗਰਸ ਵਿੱਚ ਉਹਨਾਂ ਨੇ ਤਾਂ ਅਕਾਲੀਆਂ ਨੂੰ ਭੁਲਾ ਦਿੱਤਾ ਜਦੋਂ ਅਕਾਲੀਆਂ ਰਾਜ ਸੀ 10 ਸਾਲ ਸੁਖਬੀਰ ਬਾਦਲ ਹੋਣਾ ਜੋ ਅਕਾਲੀ ਕਰਕੇ ਗਏ ਉਹ ਲੋਕਾਂ ਨੇ ਤਰਾਹੀ ਕਰ ਦਿੱਤੀ ਸੀ ਲੋਕਾਂ ਨੂੰ ਐਸੀ ਕਿ ਮਤਲਬ ਹੁਣ ਮੈਂ ਹੈਰਾਨ ਇਹਨਾਂ ਨੇ ਇੰਨਾ ਮਤਲਬ ਉਸ ਮਾਫੀਆ ਰਾਜ ਨੂੰ ਨਾ ਸਿਰਫ ਪਰਪੱਕ ਕੀਤਾ ਬਲਕਿ ਇੰਨਾ ਹੋਰ ਉਹਨੂੰ ਫੈਲਾਇਆ ਹੈਗਾ ਹੈ ਕਿ ਇਹਨਾਂ ਦੇ ਖੁਦ ਮਤਲਬ ਅਕਾਲੀਆਂ ਵੇਲੇ ਕਦੋਂ ਘੱਟ ਉਹਦੇ ਆਪਣੇ ਵਜ਼ੀਰ ਜਾਂ ਉਹ ਅੰਦਰਲੇ ਜੋ ਬੰਦੇ ਸੀ ਉਹ ਨਹੀਂ ਦੱਸ ਰਹੇ ਕਿ ਵੀ ਕੀ ਹੋਈ ਹੁਣ ਤਾਂ ਕਾਂਗਰਸ ਹੀ ਬੋਲ ਰਹੇ ਨੇ ਕਿ ਇੱਥੇ ਗੜਬੜਾਂ ਹੈਗੀਆਂ ਬਿਲਕੁਲ ਮਤਲਬ ਦੀਨਾਨਗਰ ਤੋਂ ਇੱਕ ਰਿਪੋਰਟ ਆਈ ਹੈਗੀ ਹੈ ਗੁਰਦਾਸਪੁਰ ਚੋਂ ਕਿ ਇੱਥੇ ਰੋਜ਼ ਦਾ ਮਤਲਬ ਜਿਹੜਾ ਗੁੰਡਾ ਟੈਕਸ ਹੈਗਾ ਉਹ 8,000 ਰੁਪਏ ਲੈ ਰਿਹਾ ਕਿ ਫੀਚਰ ਟੈਕਸ 1,000-1,500 ਹੈਗਾ ਤੇ ਇੱਕ ਦਿਨ ਦਾ 1-1 ਕਰੋੜ ਰੁਪਇਆ ਇਕੱਠਾ ਹੋ ਰਿਹਾ ਇੱਕ ਮਾਈਨਿੰਗ ਦੇ ਸੋਰਸ ਤੋਂ ਲੋਕਡਾਊਨ ਦੇ ਦੌਰਾਨ ਵੀ ਦੇਖੋ ਹਾਂ ਮਾਈਨਿੰਗ ਸਾਰਾ ਕੁਝ ਚੱਲ ਰਿਹਾ ਬਿਲਕੁਲ ਡਾਕਟਰ ਸਾਹਿਬ ਹੁਣ ਆਪਾਂ ਇੱਥੇ ਕਿਸਾਨਾਂ ਦੀ ਗੱਲ ਕਰੀਏ ਕਿ ਸੋਸ਼ਲ ਮੀਡੀਆ ਦੇ ਉੱਤੇ ਆਮ ਲੋਕਾਂ ਦੇ ਵਿੱਚ ਵੀ ਜਿਹੜਾ ਕਿਸਾਨਾਂ ਦੇ ਵਿੱਚ ਵੀ ਜਿਹੜਾ ਫਿਕਰ ਬਣਿਆ ਹੋਇਆ ਕਿ ਲੋਕਡਾਊਨ ਦੇ ਦੌਰਾਨ ਇੱਕ ਤਾਂ ਉਹਨਾਂ ਦਾ ਫਸਲਾਂ ਦਾ ਨੁਕਸਾਨ ਜਿਹੜਾ ਉਹਨਾਂ ਨੂੰ ਹੋਇਆ ਮੰਡੀਆਂ ਦੇ ਵਿੱਚ ਕਿਵੇਂ ਕਿਸਾਨ ਰੁੜੇ ਕਿਵੇਂ ਮੌਸਮ ਦੀ ਮਾਰ ਪੈ ਗਈ ਦੂਜੇ ਪਾਸੇ ਸਬਜ਼ੀਆਂ ਦਾ ਨੁਕਸਾਨ ਹੋ ਰਿਹਾ ਸੜਕਾਂ ਤੇ ਸੁੱਟਣੀ ਪੈ ਰਹੀ ਉਹ ਮੁੱਲ ਨਹੀਂ ਮਿਲਦਾ ਜਿਹੜਾ ਉਹ ਮੁੱਲ ਚਾਹੁੰਦੇ ਨੇ ਇਹਦੇ ਵਿੱਚ ਗੱਲ ਇਹ ਉੱਠਦੀ ਫਿਰ ਉਹੀ ਜਿਹੜਾ ਮਸਲਾ ਤੁਸੀਂ ਚੱਕਦੇ ਰਹੇ ਹੋ ਕਿ ਭੁੱਕੀ ਅਫੀਮ ਜਿਹੜੀ ਆ ਉਹ ਪੰਜਾਬ ਦੇ ਵਿੱਚ ਲੀਗਲਾਈਜ਼ ਕਰਕੇ ਉਹਦੇ ਠੇਕੇ ਖੋਲ ਦਿੱਤੇ ਜਾਣ ਹੁਣ ਇਸ ਵੇਲੇ ਤੁਹਾਡਾ ਕੀ ਸਟੈਂਡ ਆ ਸੁਪਰ ਦੇਖੋ ਮੇਰਾ ਸਟੈਂਡ ਤਾਂ ਹੁਣ ਵੀ ਇਹੀ ਹੈ ਕਿ ਜਿਹੜਾ ਮੈਂ ਜਿਹੜਾ ਮੇਰਾ ਬਿੱਲ ਹੈਗਾ ਮੇਰੀ ਜਿਹੜੀ ਪ੍ਰੈਮਿਸਿਸ ਹੈਗੀ ਹੈ ਜਿਹੜਾ ਮੇਰਾ ਮਤਲਬ ਜੋ ਮੇਰਾ ਇੱਕ ਚੌਕਟਾ ਸੀਗਾ ਉਹ ਮੇਰਾ ਸੀਗਾ ਕਿ ਜਿਹੜਾ ਪੰਜਾਬ 'ਚ ਫੀਮ ਭੁੱਕੀ ਤੇ ਬੈਨ ਲੱਗਣ ਕਰਕੇ ਜਿਹੜੇ ਗੈਰ ਕੁਦਰਤੀ ਸਿੰਥੈਟਿਕ ਕੈਮੀਕਲ ਨਸ਼ੇ ਆਏ ਹੈ ਜਿਸ ਕਰਕੇ ਪੰਜਾਬ ਮੌਤ ਦਾ ਹੂ ਬਣਿਆ ਹੈਗਾ ਹੈ ਉਹ ਨਸ਼ੇ ਜੇ ਬੰਦ ਕਰਨੇ ਹੈਗੇ ਹੈ ਤਾਂ ਪੰਜਾਬ ਜੋ ਰਵਾਇਤੀ ਨਸ਼ੇ ਹੈਗੇ ਹੈ ਇਹ ਲੋਕਾਂ ਨੂੰ ਸਸਤੇ ਭਾਅ ਕੰਟਰੋਲ ਰੇਟ 'ਤੇ ਮਿਲਣੇ ਚਾਹੀਦੇ ਹੈ ਜਿਵੇਂ ਰਾਜਸਥਾਨ ਜਾਂ ਮੱਧ ਪ੍ਰਦੇਸ਼ ਠੇਕੇ ਹੈਗੇ ਹੈ ਤਾਂ ਉਸ ਕਰਕੇ ਦੇਖੋ ਜਿਹੜਾ NDPS ਐਕਟ ਹੈਗਾ ਉਹਦੇ 2 ਗੱਲਾਂ ਉਹਨਾਂ ਨੇ ਕੀਤੀਆਂ ਇੱਕ ਤਾਂ ਕੀਤਾ ਕਿ ਜਿਹੜੇ ਬੰਦੇ ਫੀਮ ਭੁੱਕੀ ਵਰਦੇ ਹੈਗੇ ਹੈ ਉਹ ਕ੍ਰਿਮੀਨਲ ਹੈਗੇ ਹੈ ਉਹ ਅਪਰਾਧੀ ਹੈਗੇ ਹੈ
ਮੈਂ ਬੇਲੇ 'ਚ ਕਿਹਾ ਕਿ ਉਹ ਅਪਰਾਧੀ ਨਹੀਂ ਹੈਗੇ ਹੈ, ਉਹ ਆਪਣੀ ਕਿਰਤ ਕਰਦੇ ਆ, ਮਾੜਾ ਮੋਟਾ ਨਸ਼ਾ ਕਰਦੇ, ਰਵਾਇਤੀ ਨਸ਼ਾ ਸਰੀਰ ਨੂੰ ਠੁੰਮਣਾ ਦੇਣ ਵਾਸਤੇ, ਥਕੇਵਾਂ ਲਾਉਣ ਵਾਸਤੇ, ਅਤੇ ਉਹ ਪੰਜਾਬ ਅੱਜ ਦਾ ਨਹੀਂ ਹਜ਼ਾਰਾਂ ਸਾਲ ਦਾ ਕਰਦਾ ਪਿਆ, ਅਤੇ ਕੋਈ ਬੰਦਾ ਫੀ ਭੁੱਕੀ ਨਾ ਮਰਿਆ ਨਹੀਂ ਸੀਗਾ। ਇਹ ਮੈਂ ਬਿੱਲ 'ਚ ਕਿਹਾ ਕਿ ਪੰਜਾਬ 'ਚ ਮਤਲਬ ਇਹ ਦਿੱਤਾ ਨਸ਼ਾ ਰਵਾਇਤੀ ਨਸ਼ਾ ਹੈਗਾ ਹੈ, ਜਿਵੇਂ ਕਿਤੇ ਭੰਗ ਹੈਗਾ, ਕਿਤੇ ਸਾਡੇ ਪੰਜਾਬ, ਸਾਰੇ ਯੂਰਪ 'ਚ ਭੰਗ ਹੈਗਾ, ਕੈਨੇਡਾ 'ਚ ਭੰਗ ਹੈ, ਉਹਨੇ ਖੋਲਤੀ ਭੰਗ, ਅਮਰੀਕਾ ਨਾ ਭੰਗ ਖੋਲਤੀ, ਸਕੈਂਡੀਨੇਵੀਅਨ ਕੰਟਰੀਆਂ ਭੰਗ ਖੋਲਤੀ। ਉੱਠ ਰਹੀ ਹੈ ਨਾ ਕਿ ਕਿਸਾਨਾਂ ਨੂੰ ਵੀ ਪੈਰਾ ਸਿਰ ਹੋ ਜਾਣਗੇ, ਕਿਸਾਨ ਵੀ ਸੂਬਾ ਵੀ ਪੈਰਾ ਸਿਰ ਹੋ ਜਾਏਗਾ ਜੇ ਕਿਤੇ ਭੁੱਕੀ ਫੀਮ ਜਿਹੜੀ ਹੈ ਉਹ ਚਲਾ ਦਿੱਤੀ ਹੈ ਤਾਂ ਲੱਗਦਾ ਹੈ। ਦੇਖੋ ਮੈਨੂੰ ਇਹ ਤਾਂ ਨਹੀਂ ਪਤਾ ਕਿ ਉਹਦਾ ਪੈਰਾ ਸਿਰ ਹੋਣਗੇ, ਮੈਂ ਇਹਨੂੰ ਕੋਈ ਅੰਤਮ ਹੱਕ, ਕਿਸਾਨੀ ਸੰਕਟ ਦਾ ਅੰਤਮ ਹੱਲ ਨਹੀਂ ਮੰਨਦਾ, ਉਹ 'ਚ ਅੰਤਮ ਹੱਲ 'ਚ ਹੋਰ ਬਹੁਤ ਕੁਛ ਸ਼ਾਮਿਲ ਹੈਗਾ ਹੈ, ਉਹ 'ਚ ਕਿਸਾਨੀ ਦੀ ਪੈਦਾਵਾਰ ਕਿਵੇਂ ਹੋਵੇ, ਕੋਆਪਰੇਟਿਵ ਫਾਰਮਿੰਗ ਹੋਵੇ, ਕੋਆਪਰੇਟ ਖੇਤੀ ਵੱਲ ਨੂੰ ਪੰਜਾਬ ਨਾ ਤਿਲ ਕੇ ਉੱਧਰੋਂ ਨਾ ਜਾਵੇ, ਲੋਕਾਂ ਦੀ ਨਿੱਕੀ ਨਿੱਕੀਆਂ ਜੋਤਾਂ ਇਕੱਠੀਆਂ ਕਰਕੇ ਸਾਂਝੀ ਖੇਤੀ ਕਰਕੇ ਉੱਧਰ ਨੂੰ ਉੱਦਮ ਕੀਤੇ ਜਾ ਸਕਦੇ। ਜਿਵੇਂ ਕੁਛ ਉਦਾਹਰਨਾਂ ਹੈਗੀਆਂ, ਦਲਤਾਂ ਦੀ ਉਦਾਹਰਨ ਹੈਗੀ ਹੈ, ਬਾਲਦ ਕਲਾਂ ਪਿੰਡ ਦੀ, ਪਟਿਆਲੇ ਸੰਗਰੂਰ ਜ਼ਿਲ੍ਹੇ ਦੋ ਤਿੰਨ ਪਿੰਡਾਂ ਨੇ ਬੜੀ ਸਮੂਹਿਕ ਖੇਤੀ ਕਰਕੇ ਬੜੇ ਵਧੀਆ ਐਗਜ਼ਾਮਪਲਾਂ ਉਦਾਹਰਨਾਂ ਸੈੱਟ ਕੀਤੀਆਂ ਹੈਗੀਆਂ। ਅਤੇ ਜਿਹੜੇ ਪੰਜਾਬ ਦੇ ਕਿਸਾਨੀ ਦਾ ਅਸਲ ਜਿਹੜਾ ਮਸਲਾ ਹੈਗਾ, ਜਿਵੇਂ ਤੁਸੀਂ ਜ਼ਿਕਰ ਵੀ ਕਰ ਰਹੇ ਹੋ ਕਿ ਕਦੀ ਦੁੱਧ ਡੋਲਣਾ ਪੈਂਦਾ ਹੈਗਾ, ਕਦੀ ਟਮਾਟਰ ਡੋਲਣੇ ਪੈਂਦੇ ਆ, ਕਦੀ ਸ਼ਿਮਲਾ ਮਿਰਚਾਂ ਦੇ ਢੇਰ ਲਾਉਣੇ ਪੈਂਦੇ ਆ, ਕਦੀ ਅੰਗੂਰਾਂ ਦੇ ਮਤਲਬ ਸੜਕਾਂ ਸੁੱਟਣਾ ਪੈਂਦਾ, ਕਦੀ ਟਮਾਟਰ ਸੁੱਟਣੇ ਪੈਂਦੇ ਹੈਗੇ ਆ, ਕਦੀ ਆਲੂ ਸੁੱਟਣੇ ਪੈਂਦੇ ਹੈਗੇ ਆ। ਜਿਹੜੀ ਪੰਜਾਬ ਦੀ ਮਾਰਕੀਟਿੰਗ ਹੈਗੀ ਹੈ, ਜਿਹੜੀਆਂ ਜਿਹਨਾਂ ਫਸਲਾਂ ਦੀ ਜਿਹੜੀ ਸ਼ੈਲਫ ਲਾਈਫ ਹੈ, ਜਿਹੜੀ ਉਹ ਠੀਕ ਠਾਕ ਰਹਿਣ, ਮਤਲਬ ਸ਼ੈਲਫ ਲਾਈਫ ਹੁੰਦੀ ਕਿ ਕਿਹੜੀ ਫਸਲ ਖਰਾਬ ਕਿੰਨੇ ਚਿਰ 'ਚ ਹੁੰਦੀ ਹੈਗੀ। ਔਰ ਆਲੂ ਹੈ ਮਹੀਨੇ ਮਹੀਨੇ ਪੈ ਰਹਿੰਦੇ, ਪਿਆਜ਼ ਛੇ ਮਹੀਨੇ ਪਏ ਰਹਿ ਸਕਦੇ ਆ, ਪਰ ਜਿਵੇਂ ਟਮਾਟਰ ਹੋਇਆ, ਸ਼ਿਮਲਾ ਮਿਰਚਾਂ ਹੋਈਆਂ ਜਾਂ ਇਸ ਤਰ੍ਹਾਂ ਦੀ ਫਸਲਾਂ, ਜਿਹੜੀ ਸ਼ੈਲਫ ਲਾਈਫ ਘੱਟ ਹੈ, ਉਹਨਾਂ ਦੀ ਡਿਸਪੋਜ਼ਲ ਨਹੀਂ ਹੈਗੀ, ਉਹਨਾਂ ਦੀ ਮਤਲਬ ਅੱਗੇ ਜਿਹੜੀ ਵਿਕਰੀ ਹੈਗੀ ਹੈ ਜਾਂ ਉਹਨਾਂ ਦੀ ਮਾਰਕੀਟਿੰਗ ਹੈਗੀ, ਉਹਦੇ ਪੰਜਾਬ 'ਚ ਕੋਈ ਇੰਤਜ਼ਾਮ ਹੈ ਨਹੀਂ ਹੈ, ਨਾ ਕੋਈ ਸਿਸਟਮ ਹੈ, ਨਾ ਕੋਈ ਕੋਲਡ ਚੇਨ ਹੈਗੀ ਹੈ। ਅਤੇ ਬਕਵਾਸ ਮਾਰਦੀਆਂ ਸਰਕਾਰਾਂ ਸਾਰੀਆਂ ਕਿ ਜੀ ਪੈਸਾ ਘੱਟ ਹੈ, ਕੋਲਡ ਚੇਨ ਬਣਾਉਣ ਨੂੰ ਕਿੰਨੇ ਕੁ ਪੈਸੇ ਲੱਗ, ਕੋਲਡ ਸਟੋਰ ਬਣਾਉਣ ਨੂੰ ਕਿੰਨੀ ਟੈਕਨੋਲੋਜੀ ਦੀ ਲੋੜ ਹੈਗੀ ਹੈ, ਅਤੇ ਕਿੰਨੇ ਆਰਥਿਕ ਸਰੋਤਾਂ ਦੀ ਲੋੜ ਹੈਗੀ ਹੈ। ਗਰੀਬ ਤੇ ਗਰੀਬ ਮੁਲਕ ਵੀ ਬਣਾ ਸਕਦਾ ਹੈ, ਅੱਜ ਵੀ ਪੰਜਾਬ ਬਣਾ ਸਕਦਾ। ਕੁਝ ਟਰੱਕ ਚਾਹੀਦੇ ਵੱਡੇ, ਜਿਹੜੇ ਹਰ ਹਰ ਡਿਸਟ੍ਰਿਕਟ ਹੈੱਡਕੁਆਰਟਰ ਤੇ ਹੋਣ, ਹਰ ਤਹਿਸੀਲ ਹੈੱਡਕੁਆਰਟਰ ਤੇ ਹੋਣ, ਜਿਹੜੇ ਕੋਲਡ ਚੇਨ ਹੋਵੇ ਉਹ ਚੱਕੇ ਕੋਲਡ ਸਟੋਰ ਸੁੱਟੇ, ਉੱਥੇ ਜੋ ਕਿਸਾਨ ਨੂੰ ਸਸਤੇ ਪਾ ਦੇ ਰੱਖਣ ਦੀ ਇਜਾਜ਼ ਦੇਵੇ, ਜਦੋਂ ਮਾਰਕੀਟ ਪ੍ਰਾਈਸ ਵਧੇ ਉਦੋਂ ਉਹ ਵੇਚ ਸਕੇ। ਜਿਹੜਾ ਜਿਹੜਾ ਹੁਣ ਵੱਡਾ ਵੱਡਾ ਜਿਹੜਾ ਜਿਹੜਾ ਵਪਾਰੀ ਹੈਗਾ ਸਬਜ਼ੀ ਮੰਡੀ ਦਾ ਜਾਂ ਹੋਰ ਕੋਈ ਜਿਹੜਾ ਇਸ ਕੰਮ 'ਚ ਪਿਆ ਹੋਇਆ, ਉਹ ਬੰਦਾ ਮੁਨਾਫਾ ਕਮਾ ਰਿਹਾ। ਕਿਸਾਨ ਜਿਹੜਾ ਪੈਦਾ ਕਰਦਾ ਦਿਨ ਰਾਤ, ਮਿੱਟੀ ਦਾ ਮਿੱਟੀ ਹੁੰਦਾ ਖਪਦਾ, ਹਾੜਾਂ ਸੌਣ ਹਾੜਾਂ ਅਤੇ ਜੇਠਾਂ ਵਿੱਚ ਜਾਂ ਫਿਰ ਕੱਕਰ ਵਿੱਚ ਉਹ ਮਿਹਨਤ ਕਰਦਾ ਹੈਗਾ, ਉਹਦੇ ਹੱਥ ਕੁਛ ਉਹਦੇ ਹੱਥ ਪੱਲੇ ਕੁਛ ਨਹੀਂ ਪੈਂਦਾ ਹੈ। ਜਦੋਂ ਆਲੂ ਵੇਚਦਾ ਤਾਂ ਆਲੂ 12 ਆਨੇ ਕਿਲੋ, ਜਦੋਂ ਅਸੀਂ ਆਲੂ ਲੈਂਦੇ ਬਾਜ਼ਾਰ 'ਚੋਂ ਤੁਸੀਂ ਮੈਂ ਤਾਂ ਆਲੂ 20 ਰੁਪਏ ਕਿਲੋ, ਜਦੋਂ ਸ਼ਿਮਲਾ ਮਿਰਚ ਵੇਚਦਾ ਹੈਗਾ ਤਾਂ 6 ਰੁਪਏ ਕਿਲੋ, ਜੋ ਸਾਨੂੰ ਮਿਲਦੀ ਤਾਂ 50 ਰੁਪਏ ਕਿਲੋ। ਵਿਚਕਾਰ ਇੱਕ ਇਹੋ ਜਿਹਾ ਵਿਹਲੜ ਲਾਉਣਾ ਹੈਗਾ ਹੈ ਜਿਹੜਾ ਡੱਕਾ ਨਹੀਂ ਤੋੜਦਾ, ਕੋਈ ਪੈਦਾਵਾਰ 'ਚ ਕੋਈ ਹਿੱਸਾ ਨਹੀਂ ਪਾਉਂਦਾ ਹੈਗਾ, ਕੋਈ ਮੁਸ਼ਕਤ ਨਹੀਂ ਕਰਦਾ ਹੈਗਾ, ਉਹ ਬੰਦਾ ਸਰਕਾਰ ਦੀ ਨਲੈਕੀ ਕਰਕੇ ਲਗਾਤਾਰ ਹਰ ਸਾਲ ਦਰ ਸਾਲ ਲੱਖਾਂ ਕਰੋੜਾਂ ਅਰਬਾਂ ਰੁਪਏ ਦਾ ਮੁਨਾਫਾ ਉਹ ਸਾਡੇ ਕਿਸਾਨਾਂ ਦੀ ਮਿਹਨਤ ਦੇ ਸਿਰ 'ਤੇ ਜਾਂ ਖੇਤ ਮਜ਼ਦੂਰਾਂ ਦੀ ਮਿਹਨਤ ਦੇ ਸਿਰ 'ਤੇ ਉਹ ਕਮਾ ਰਿਹਾ ਹੈਗਾ। ਮਤਲਬ ਇਹ ਵੀ ਮੰਨ ਲਈਏ ਕਿ ਮੰਡੀਆਂ ਦੇ ਵਿੱਚ ਵੀ ਮਾਫੀਆ ਚੱਲਦਾ ਇੱਕ ਤਰੀਕੇ ਦੇ ਨਾਲ? ਬਿਲਕੁਲ, ਸਰਕਾਰ ਦੀ ਸਭ ਸਰਕਾਰ ਦੀ ਹਰ ਪਾਸੇ ਮਾਫੀਆ ਹੀ, ਹਰ ਪਾਸੇ ਮਾਫੀਆ ਮਾਫੀਆ ਹੈਗਾ। ਸੋ ਪੰਜਾਬ ਦੇ ਸੰਕਟ ਦਾ ਇੱਕ ਹੱਲ ਹੈ ਕਿ ਇਹਨੂੰ ਮਾਰਕੀਟ ਚਾਹੀਦੀ ਹੈ। ਮਾਰਕੀਟ ਜਿਹੜੀ ਹੈਗੀ ਹੈ ਉਹਦੇ ਵਾਸਤੇ ਇੱਕ ਕੋਲਡ ਸਟੋਰ ਦੀ ਚੇਨ ਚਾਹੀਦੀ ਹੈ, ਵਿੱਚੇ ਟਰਾਂਸਪੋਰਟ ਦੀ, ਵਿੱਚੇ ਕੋਲਡ ਸਟੋਰਾਂ ਦੀ। ਉਹਦੇ ਵਾਸਤੇ ਕੋਈ ਬਹੁਤੀ ਤਕਨੀਕ ਦੀ ਲੋੜ ਨਹੀਂ, ਬਹੁਤੇ ਆਰਥਿਕ ਸਾਧਨਾਂ ਦੀ ਲੋੜ ਨਹੀਂ। ਜੇ ਸਰਕਾਰ ਦੀ ਨੀਤ ਹੋਵੇ ਕਿਸਾਨਾਂ ਦੀ ਮਦਦ ਕਰਨ ਦੀ, ਤਾਂ ਹਰ ਉਹ ਤੋਂ 1 ਸਾਲ ਵਿੱਚ ਸਾਰੇ ਪੰਜਾਬ 'ਚ ਕੋਲਡ ਸਟੋਰ ਅਤੇ ਟਰਾਂਸਪੋਰਟ ਦੀ ਚੇਨ ਤਿਆਰ ਕੀਤੀ ਜਾ ਸਕਦੀ ਹੈ। ਫਿਰ ਪੰਜਾਬ ਵਾਸਤੇ ਇੱਕ ਮੰਡੀ ਦੀ ਲੋੜ ਹੈਗੀ ਹੈ, ਜਿਹੜੀ ਮੰਡੀ ਵਾਇਬਲ ਹੋਵੇ, ਜਿਹੜੀ ਮੰਡੀ ਚੱਲ ਸਕਦੀ ਹੋਵੇ, ਜਿਹੜੀ ਮੰਡੀ ਸਾਰਾ ਰਾਊਂਡ ਦਾ ਈਅਰ ਉਹਨੂੰ ਕੰਮ ਮਿਲੀ ਜਾਵੇ ਅਲੱਗ ਅਲੱਗ ਫਸਲਾਂ ਵਾਸਤੇ। ਸੋ ਮੇਰਾ ਇਹ ਕਹਿਣਾ ਹੈਗਾ ਕਿ ਪਾਕਿਸਤਾਨ ਨਾਲ ਸਾਡਾ ਜਿਹੜਾ ਜਿਹੜਾ ਮਤਲਬ ਨੇੜਤਾ ਹੈਗੀ ਹੈ, ਔਰ ਪਾਕਿਸਤਾਨ ਤੋਂ ਜਿਹੜਾ ਵਪਾਰਕ ਸੰਬੰਧ ਜਿਹੜੇ ਸਾਨੂੰ, ਪਾਕਿਸਤਾਨ ਨਾਲ ਦੋਸਤੀ ਚਾਹੀਦੀ ਹੈ, ਸਾਨੂੰ ਅਮਨ ਚਾਹੀਦਾ, ਸਾਨੂੰ ਵਪਾਰ ਚਾਹੀਦਾ। ਪੰਜਾਬ ਦੇ ਵਿਕਾਸ ਦਾ, ਪੰਜਾਬ ਦੇ ਸੰਕਟਾਂ ਤੋਂ ਨਿਕਲਣ ਦਾ ਇੱਕ ਰਸਤਾ ਵਾਇਆ ਪਾਕਿਸਤਾਨ ਸੈਂਟਰਲ ਏਸ਼ੀਆ ਨੂੰ ਜਾਂਦਾ। ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈ, ਜਿਹੜਾ ਚੀਨ ਤੋਂ ਲੈ ਕੇ ਗਵਾਦਰ ਸੀ ਪੋਰਟ ਤੱਕ ਬਣਿਆ ਹੈਗਾ, ਸਾਨੂੰ ਉਸ ਤੱਕ ਪਹੁੰਚ ਮਿਲ ਜਾਵੇ, ਉੱਥੇ ਪਹੁੰਚ ਮਿਲ ਜਾਵੇ ਸਾਨੂੰ, ਸਾਨੂੰ ਗਵਾਦਰ ਸੀ ਪੋਰਟ 'ਤੇ ਪਹੁੰਚ ਮਿਲ ਗਈ। ਹੁਣ ਅਸੀਂ ਜੇ ਖਾੜੀ ਮੁਲਕਾਂ ਨੂੰ ਮਾਲ ਭੇਜਣਾ ਹੋਵੇ, ਇੱਥੋਂ ਬੰਬੇ ਤੋਂ ਕਰਾਚੀ, ਫਿਰ ਅੱਗੇ ਜਾਂਦਾ, ਜੇ ਬਾਰਡਰ ਖੁੱਲ ਜਾਵੇ। ਸਾਡੇ ਬੱਚੇ ਇੰਨੇ ਉੱਦਮੀ ਹੈਗੇ ਹੈ, ਉਹ ਤਾਂ ਟੋਰਾਂਟੋ ਤੋਂ ਮਾਲ ਚੁੱਕ ਕੇ ਸਵੇਰ ਨੂੰ ਕੈਲੀਫੋਰਨੀਆ ਪਹੁੰਚਾਉਂਦੇ ਹੈਗੇ। ਸਾਰੇ ਪੰਜਾਬ ਦੀ ਯੂਥ ਕੰਮ ਲੱਗ ਜਾਊਗੀ, ਸਾਰੇ ਪੰਜਾਬ ਦੇ ਵਪਾਰੀਆਂ ਦਾ ਵਪਾਰ ਵੱਧ ਜਾਊਗਾ, ਸਾਰੇ ਪੰਜਾਬ ਦੇ ਕਿਸਾਨਾਂ ਦੀ ਉਪਜ ਦਾ ਸਹੀ ਮੁੱਲ ਮਿਲੇ, ਕਿਸਾਨੀ ਦੀ ਸੰਕਟ ਹੱਲ ਹੋਊਗਾ। ਅਖੀਰ ਦੇ ਵਿੱਚ ਦੱਸੋ, ਤੁਸੀਂ ਚਿੱਠੀ ਲਿਖੀ ਸੀ ਜਿਹੜੀ ਕੇਂਦਰ ਨੂੰ, ਹਾਂਜੀ, ਉਹਦਾ ਕੀ ਜਵਾਬ ਆਇਆ ਭੁੱਕੀ ਤੇ ਅਫੀਮ ਨੂੰ ਲੈ ਕੇ? ਦੇਖੋ ਜੀ, ਉਹਨਾਂ ਜਵਾਬ ਇਹ ਆਇਆ ਕਿ ਜਿਹੜਾ ਫੀਮ ਦੀ ਪੋਸਟ ਦੀ ਖੇਤੀ ਦਾ ਮੰਤਰਾਲਾ ਆ ਨਾ, ਇਹ ਲੋਕਾਂ ਨੂੰ ਪਤਾ ਨਹੀਂ, ਇਹ ਮੰਤਰਾਲਾ ਵਿੱਤ ਮੰਤਰਾਲੇ ਕੋਲ ਹੈ ਕਿ ਖੇਤੀ
बड़ी इंटरेस्टिंग गल हैगी। अंग्रेजा ने फेम की खेती थी, अंग्रेजा ने हमेशा ही इन अंडर रखी फाइनेंस डिपार्टमेंट। सो मेरी अरुण जेटली साहब ना गल हुई सी, फिर मेरा जो उप मंत्री से अपना फाइनेंस मिनिस्टर उन्होंने गल हुई सी। हुण मेरे को चिट्ठी पई है जी कि मैं दिखा दूंगा, जान लगे उसकी कॉपी भी दे दूंगा, मेरे को पई हैगी। अखीर में जिते गल टुटी सी सी कि मैंने उन्हें कहा कि डॉक्टर गांधी साढ़े दुनिया भर च अफीम तो बद मोरफीन तो ज़्यादा होर असरदार जो दर्द निवारक दवाइया हूँ मिलन लग पी है। अफीम की कौमांतरी मंडी च मार्केट घट गई हैगी है, खाने वाले अफीम को थोड़े कल जी बड़े कारोबार है अफीम का, वह माड़ी मोटी भुक्की अफीम खाने वाले करके नहीं है, वह हैगा दवाइया की फैक्ट्रिया च उत्थे डिमांड घट गई हैगी है। साढ़े को दो प्लांट है, एक मंदसौर है, एक होर है हिंदुस्तान च मध्य प्रदेश, तो असी मतलब हम एक राजस्थान च है, तो असी साढ़े को तीन साल का स्टॉक पिया अज तक जो नवे पटिया नव्या नहीं रहे ना राजस्थान च ना मध्य प्रदेश च। सो पंजाब के सानू पंजाब तो अलावा भी छे राज ने बेनती की कि सानू फीम पोस्ट की खेती करने की इजाज़त दी जाए। सो असी ना सिर्फ उन्होंने राज्यों की ना सिर्फ पंजाब की बल्कि उन्होंने राज्यों भी असी पोस्ट की खेती इजाजत तो नहीं दे रहे हैं, क्योंकि क्योंकि साढ़े को तीन साल का स्टॉक है और कौमांतरी मार्केट च जी अफीम की मंग हैगी है वह घट गई हैगी। दवाइया ना हो कि सिंथेटिक यूज होने लग गया नहीं, दवाइया देखो दवाइया आने जी हम सरकार दे रही है लोगों को बूपी नॉरफिन जी गोलियां मिलती है तो अगो पत्तर 30-35 रुपए का, पर ब्लैक चार 400 दे जाते हैं क्योंकि सरकारी डिपो से अजकल खत्म है वो जो ब्लैक डिपो उ गोलियां नहीं मिलती पईया, पता नहीं ब्लैक होंगे कितने हम कौन जाता है। सो वो जरा जी बूपी नॉरफिन है वो सिंथेटिक मॉरफिन ही है, सिंथेटिक फीम ही है वो वो सिंथेटिक फीम हैगी है। सो हुण तां जिहड़ी सरकार दी नीति है इह तां मैं कहिंदा जे नकली फीम देण नाल तो असली फीम दी खान दिओ तुसीं, नशा लवाऊ वाला काम हो गया ना। हुण तुसीं देखिया होणा पिछे जे रिपोर्ट आई है कि पंजाब दे जिहड़े एग्जैक्टली जिहड़े अमली ने इस लॉकडाउन दौरान जिहड़े ओह चल रहे ने जिहड़े बिल्कुल जी ओह जिन्ने सगो एक्सीडेंट जी घरेलू हिंसा हैगी है जब बाजारू हिंसा हैगी है ये छड़ा वाले तो कर सकते हैं खौरू पा सकते हैं, पर फीम पुक्की वाला बंदा आराम ना बैठा टिक के भी क्या कर रहा है ना कि नशा छड़ाऊ केंद्र च आ रहे हैं क्योंकि पहला तो जी माड़ी मोटी फीम पुक्की हाँ हाँ जी हाँ लॉकडाउन करके हुण महंगी 10,000 रुपए किलो पुक्की है जी 10,000 रुपए किलो, जिहड़ी पुक्की नूं 400 रुपए किलो नहीं सी पुछदा 10,000 रुपए किलो हैगी है। सो जेकर पंजाब च इक तां सरकार वास्ते आमदन दा साधन होऊगा, लखां करोड़ां रुपए दा अरबां रुपए दा जो जिवें कनेडा ने 400 बिलियन डॉलर दा फायदा होया उन्होंने भंग भंग खोल के, हुण कनेडा दे हर स्टोर ते तुसीं कार्ड दिखाओ मैरिजुआना लीगलाइज़ मैरिजुआना लीगलाइज़ है उत्थे कैंडियां टॉफियां कैंड चाह भंग भंग वाली उ 40 प्रोडक्ट आ गए भंग के, तो कनेडियन सरकार ने 400 अरब डॉलर का फायदा होया और कहते अभी 400 अरब डॉलर असी लावे ये हैल्थ सिस्टम स्ट्रेंथन करते। सो वो च मरदा कोई है नहीं, इवें पंजाब भी मतलब जी फीम पुक्की हैगी है जरा जानलेवा नशा नहीं है, मारू नशा नहीं है, ये साऊ नशा कमाऊ नशा पंजाब हजारा साल तो वरदा सेगा। ये मुकाबले शराब होई समैक है चिट्टा है गोलियां है टीके है फेंटानिल हैगी है स्पाजमोप्रोक्सीबोन है लोमोटेल है किन्नी जी सिंथेटिक गोलियां है वो बद घातक है जो पंजाब मौत का खूह बनया फीम पुक्की ने नहीं बनाया। मैं लानिया कहना है कि पंजाब के लोगों को मिलनी चाहिए है सस्ते भाव मिलनी चाहिए है, जिवें शराब के ठेके है इवें पंजाब के लोगों को फीम फीम पुक्की ठेके देने चाहिए है ताकि लोग इन की घाट करके ज इन्ने महंगे होने करके जेडे सिंथेटिक नशे है जेडे कैमिकल नशे है उन्होंने वाल ना जा और नौजवान जिंदगी खत्म ना हो। सबका मैंबर पार्लीमेंट डॉक्टर धर्मवीर गांधी जिन्होंने अपना स्टैंड स्पष्ट किया कि पंजाब दे विच जिहड़ा भुक्की अफीम के ठेके खुल जाने चाहिए ने ताकि जिहड़ा किसानों को राहत मिले शराब अते माइनिंग माफिया नूं लैके, जिवें उन्होंने खुल के दस्सिया कि किस तरीके दे नाल एक नैक्सस है जिहड़ा लीडरशिप तो लैके जिहड़े अफसरां तक जिहड़ा पहुँचदा है, तो इस दे विच होर भी बड़े बड़े मतलब कि खुलासे जिहड़े ने अगले समय दे विच सामने आ सकते ने, की कुछ होणगे। प्रगट सिंह ने जिस तरीके नाल बगावत की है, नवजोत सिंह सिद्धू जो अपनी बयानबाजी जिहड़ी पहला रख चुके ने हुण भी उन्होंने वायरल की है, इस सब दे बारे असीं विस्तार दे नाल गलबात की। डॉक्टर साहब ने अपनी प्रतिक्रिया रखी, तुहानूं साडा इह प्रोग्राम किस तरह का लग्या तुसीं इस बारे कमेंट करके अपने विचार रख सकते हो। साडे चैनल D5 चैनल पंजाबी नूं सबसक्राइब करो, बैल आइकन दबो ताकि तुहाडे तक हर जान पहुंचे। कैमरामैन जसप्रीत सिंह दे नाल सुखविंदर सिंह, D5 चैनल पंजाबी पटियाला। धन्यवाद। D5 चैनल पंजाबी हुणे सबसक्राइब करो, बैल आइकन ते क्लिक करो।